ਪੰਜਾਬ ਵਿੱਚ ਇੱਕਦਮ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਤਦਾਦ ਵਿੱਚ ਹੋਏ ਇਜ਼ਾਫੇ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਕਦੇ ਹਯੂਰ ਸਾਹਿਬ ਤੋਂ ਪਰਤੀ ਸੰਗਤ ਸਰਪਾਈ ਜਾਣ ਲੱਗੀ ਤਾਂ ਕਦੇ ਸੂਬੇ ਦੇ ਨਾਕਸ ਸਿਹਤ ਪ੍ਰਬੰਧਾ ਉੱਪਰ ਪਰ ਇੱਕਦਮ ਮਰੀਜ਼ਾਂ ਨੂੰ ਤੰਦਰੁਸਤ ਕਰ ਉਹੀ ਪੰਜਾਬ ਹੁਣ ਕਰੋਨਾ ਨਾਲ ਟੱਕਰੇ ਵਿੱਚ ਮੁਲਕ ਦੇ ਮੋਹਰੀ ਸੂਬੇ ਦੀ ਕਤਾਰ ਵਿੱਚ ਆਣ ਖੜਾ ਹੋਇਆ ਹੈ ਪਹਿਲਾਂ ਜਿੱਥੇ ਕੇਰਲ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਦੇ ਸੋਲੇ ਗਏ ਜਾ ਰਹੇ ਸਨ ਉੱਤੇ ਹੀ ਹੁਣ ਪੰਜਾਬ ਜਿਸ ਦਰ ਨਾਲ ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋ ਰਹੇ ਹਨ ਉਸ ਦੇ ਕੋਈ ਨੇੜੇ ਤੇੜੇ ਵੀ ਨਹੀਂ ਤੇਜ ਦਰਮਿਆਨ ਸਵਾਲ ਉੱਠ ਰਹੇ ਹਨ ਕਿ ਪੰਜਾਬ ਕੋਲ ਆਖਿਰ ਅਜੇ ਹੀ ਕਿਹੜੀ ਗਿੱਦੜ ਸਿੰਘੀ ਹੈ ਕਿ ਮਰੀਜ਼ ਝਟਪਟ ਠੀਕ ਹੋ ਰਹੇ ਹਨ 14 ਮਈ ਤੱਕ ਪੰਜਾਬ ਵਿੱਚ ਰਿਕਵਰੀ ਰੇਟ ਘਟਣ ਨੂੰ ਲੈ ਕੇ ਚਿੰਤਾ ਵਧ ਰਹੀ ਸੀ ਸਵੇਰੇ ਵਿੱਚ ਸਿਰਫ ਕਰੀਬ 12 ਫੀਸਦੀ ਦਰ ਨਾਲ 100 ਦੇ ਕਰੀਬ ਮਰੀਜ਼ ਹੀ ਠੀਕ ਹੋਏ ਸਨ ਜਦਕਿ ਕੇਰਲਾ ਦਾ ਰਿਕਵਰੀ ਰੇਟ 68 ਫੀਸਦੀ ਦੇ ਜਿਹੜੇ ਸੀ ਪਰ 15 ਮਈ ਨੂੰ ਅਜਾ ਕੀ ਵਾਪਰਿਆ ਕਿ ਪੰਜਾਬ ਵਿੱਚ ਇੱਕਦਮ 1000 ਤੋਂ ਵੱਧ ਮਰੀਜ਼ ਤੰਦਰੁਸਤ ਹੋ ਗਏ ਅਸਲ ਵਿੱਚ ਕੇਂਦਰ ਵੱਲੋਂ ਜਾਰੀ ਨਵੀਆਂ ਗਾਈਡਲਾਈਨ ਦੇ ਤਹਿਤ 19 ਮਈ ਤੱਕ ਸੂਬੇ ਦਾ ਰਿਕਵਰੀ ਰੇਟ 82% ਤੱਕ ਜਾ ਪਹੁੰਚਿਆ ਕੇਰਲਾ ਦਾ ਰਿਕਵਰੀ ਰੇਟ ਇਸ ਵੇਲੇ 70% ਹੈ ਪੰਜਾਬ ਨੇ ਪਿਛਲੇ 5 ਦਿਨਾਂ ਵਿੱਚ 1340 ਮਰੀਜ਼ ਡਿਸਚਾਰਜ ਕੀਤੇ ਹਨ ਪੰਜਾਬ ਵਿੱਚ ਮਰੀਜ਼ਾਂ ਦੇ 10 ਦਿਨ ਹਸਪਤਾਲ ਵਿੱਚ ਬਤਾਉਣ ਤੋਂ ਬਾਅਦ ਡਿਸਚਾਰਜ ਕੀਤਾ ਜਾ ਰਿਹਾ ਹੈ ਸਿਰਫ ਗੰਭੀਰ ਮਰੀਜ਼ਾਂ ਨੂੰ ਹੀ ਰੱਖਿਆ ਗਿਆ ਹੈ ਇਹ ਮਰੀਜ਼ ਬਿਨਾਂ ਟੈਸਟ ਕੀਤੇ ਹੀ ਘਰਾਂ ਨੂੰ ਤੋਰ ਦਿੱਤੇ ਗਏ ਪਰ ਇਹ ਘਰਾਂ ਵਿੱਚ ਹੋਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਬੇਸ਼ੱਕ ਇਹਨਾਂ ਵਿੱਚ ਲੱਛਣ ਨਹੀਂ ਹਨ ਹਾਲਾਂਕਿ ਹਰਿਆਣਾ ਵਿੱਚ ਡਿਸਚਾਰਜ ਤੋਂ ਪਹਿਲਾਂ ਮਰੀਜ਼ਾਂ ਦਾ ਟੈਸਟ ਲਾਜ਼ਮੀ ਕੀਤਾ ਜਾਂਦਾ ਹੈ ਹਾਲਾਂਕਿ ਸਰਕਾਰ ਦੇ ਇਸ ਫੈਸਲੇ ਨਾਲ ਇਹ ਮਰੀਜ਼ ਹੋਰਾਂ ਨੂੰ ਪ੍ਰਭਾਵਿਤ ਨਾ ਕਰ ਦੇਣ ਸਿਹਤ ਮੰਤਰਾਲੇ ਦੀ ਦਲੀਲ ਹੈ ਕਿ ਇਹ ਵਿਗਿਆਨਕ ਤੌਰ ਤੇ ਸਾਬਿਤ ਹੈ ਕਿ ਬਾਦ ਮਰੀਜ਼ ਹੋਰਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਜੋ ਮਰੀ ਛੱਡੇ ਜਾ ਰਹੇ ਹਨ ਉਹ ਹਾਲੇ ਆਪਣੇ ਘਰਾਂ ਵਿੱਚ ਹੀ ਅਗਲੇ 7 ਦਿਨ ਇਕਾਂਤਵਾਸ ਵਿੱਚ ਰਹਿਣਗੇ ਕੋਵਿਡ-19 ਦੇ ਮਰੀਜ਼ਾਂ ਦੇ 78% ਦੇ ਰਿਕਵਰੀ ਦਰ ਦੇ ਨਾਲ ਪੰਜਾਬ ਦੇਸ਼ ਤੇ ਮੋਰੀ ਸੂਬਿਆਂ ਵਿੱਚ ਆਣ ਖੜਾ ਹੈ ਮੰਗਲਵਾਰ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਦੇ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਿਹਤ ਮਹਿਕਮੇ ਦੀਆਂ ਟੀਮਾਂ ਹੁਣ ਤੱਕ ਲੱਖਾਂ ਮਰੀਜ਼ਾਂ ਦੀ ਜਾਂਚ ਕਰ ਚੁੱਕੀਆਂ ਹਨ ਇਨਾਂ ਵਿੱਚੋਂ 9593 ਵਿਅਕਤੀਆਂ 'ਚ ਕਰੋਨਾ ਦੇ ਲੱਛਣ ਪਾਏ ਗਏ ਸਨ ਜਿਨ੍ਹਾਂ ਨੂੰ ਅੱਗੇ ਪ੍ਰਬੰਧ ਨਮੂਨੇ ਦੇ ਲਈ ਰੈਫਰ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਕੋਵਿਡ-19 ਦੇ 1980 ਮਾਮਲਿਆਂ ਦੀ ਤਸਦੀਕ ਹੋਈ ਸੀ ਅਤੇ 52955 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ 14 ਕੇਸ ਅੱਪ ਤੱਕ ਹੋ ਗਏ ਹਨ ट्वेंटी uh, वन uh, uh, मेरे ख्याल के चांस हैं और दूसरा जो दूसरे जो लोग हैं जो uh, नेगेटिव भी बहुत पाए जा रहे हैं हमारी पॉपुलेशन बहुत कंजस्टेड है बहुत uh, ज़्यादा नज़दीकी है तो एक हमारा कल्चर है कि हमारा मेल जोल बहुत ज़्यादा है वो लोग जो गोरे लोग हैं जो इंग्लिश लोग हैं वो कम मिलते हैं एक दूसरे से लेकिन हमारे तो शादी में कभी गमी में बहुत सारे लोग हो जाते हैं तो उससे उस, उस गैदरिंग से हमारा जो जो धार्मिक फंक्शन होते हैं उनमें भी बहुत बड़ी गैदरिंग हो जाती है तो उसमें हमारा नुकसान ज़्यादा हो सकता था इसलिए हमारे सी साहब ने जो लॉकडाउन का फैसला लिया है तो क्या इससे बड़ा एक मैं कहता हूँ अच्छा मैसेज जाएगा प्लस हमारी जो महामारी जो जो बड़ी बड़ी हमारे लिए आफत बनी हुई है उससे हम बच सकेंगे जो इमरजेंसी या एसेंशियल गुड्स हैं वो सब की सप्लाई चालू रहेगी और जो बाई दीप कुछ सब्जी वाला है तो सब्जी वाला अपने उस पर जो रेड़ी है जहाँ रेड़ा है जहाँ उससे जिससे भी वो सेल करता है वो कर सकता है दूध की सप्लाई रेगुलर रहेगी ਜੋ ਜੋ ਉਸकी बेसिक नीड्स ਐ ਜੋ ਦਿੱਲੀ ਕੀ ਹੈ ਉਹ ਸਭ ਕੀ ਪੂਰੀ ਕੀ ਜਾਏਗੀ ਜਿੰਨਾ ਵਿੱਚ 48813 ਵਿਅਕਤੀ ਦੀ ਰਿਪੋਰਟ ਨੈਗੇਟਿਵ ਆਈ ਹੈ ਉਹਨੇ ਕਿਹਾ ਹੈ ਕਿ ਕੋਵਿਡ-19 ਦੇ 1980 ਮਰੀਜ਼ਾਂ ਵਿੱਚੋਂ 1557 ਮਰੀਜ਼ ਠੀਕ ਹੋ ਗਏ ਹਨ ਜੋ ਦੇਸ਼ ਦੇ ਬਰੀਜਾਂ ਦੇ ਠੀਕ ਹੋਣ ਚ ਸਭ ਤੋਂ ਵੱਧ ਰਿਕਵਰੀ ਦਰ ਹੈ ਪਲਬੀਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਸੂਬੇ ਭਾਰ ਵਿੱਚ ਰਿਸਕ ਸੈਟਰੀਫਾਈਡ ਰੈਂਡਮ ਸੈਂਪਲਿੰਗ ਦੀ ਲੋੜ ਹੈ ਕਰੋਨਾ ਦਾ ਫੈਲਾਅ ਰੋਕਣ ਦੇ ਲਈ ਉੱਚਿਤ ਜੋਖਮ ਵਾਲੇ ਖੇਤਰਾਂ ਦੇ ਵਿਅਕਤੀਆਂ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਇਸ ਸਬੰਧ ਵਿੱਚ ਸਿਵਲ ਸਰਜਨਾਂ ਦੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਨਟੇਨਮੈਂਟ ਜ਼ੋਨ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿਰਫ ਕਨਟੇਨਮੈਂਟ ਜ਼ੋਨ ਦੀ ਪਰਿਭਾਸ਼ਾ ਦਿੱਤੀ ਹੈ ਹੁਣ ਕੋਈ ਰੈੱਡ ਔਰੇਂਜ ਜਾਂ ਗ੍ਰੀਨ ਜ਼ੋਨ ਨਹੀਂ ਹੈ ਜੇਕਰ ਤੁਹਾਨੂੰ ਸਾਡਾ ਇਹ ਅਪਰਾਹਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ